ਅੱਛਾ ਤੁਸੀਂ ਇਹ ਦੱਸੋ ਕਿ ਤੁਸੀਂ ਰਵਾਇਤੀ ਕਾਸ਼ਤ ਜਿਹੜੀ ਹੈ, ਗੰਦਮ ਹੋ ਗਈ, ਮਕਈ ਹੋ ਗਈ, ਕਮਾਦ ਹੋ ਗਿਆ, ਉਹਨੂੰ ਛੱਡ ਕੇ ਤੇ ਇਹ ਜਿਹੜੀਆਂ ਸਬਜ਼ੀਆਂ ਨੇ ਤੇ ਇਹ ਟਨਲ, ਇਹ ਇਸ ਪਾਸੇ ਕਿਉਂ ਆਏ ਹੋ? ਸਰ ਗੰਦਮ ਜਿਹੜੀ ਹੈਗੀ ਉਹਦਾ ਵੀ ਪਿਛਲੇ ਸਾਲ ਤੋਂ ਰੇਟ 4000 ਰੁਪਏ ਬਣਿਆ, ਅੱਗੇ ਉਹ ਵੀ 1 ਲੱਖ ਰੁਪਏ ਤੋਂ ਉੱਤੇ ਨਹੀਂ ਸੀ ਕਿੱਲਾ ਜਾਂਦਾ। ਹੁਣ ਪਿਛਲੇ ਸਾਲ ਚੰਗੀ ਜਿਹੜੀ ਗੰਦਮ ਹੈ ਉਹ 2-2.5 ਲੱਖ ਰੁਪਏ ਦਾ ਕਿੱਲਾ ਬਣ ਰਿਹਾ, ਮੱਕੀ ਹਾੜੂ ਲਾ ਲਓ ਉਹ 2-2.5 ਲੱਖ ਰੁਪਏ ਦਾ ਕਿੱਲਾ ਬਣ ਰਿਹਾ, ਕਮਾਦ ਨੂੰ ਇਸ ਦਫ਼ਾ ਰੇਟ ਬਣਿਆ 500 ਰੁਪਏ। ਇਸ ਟਾਈਮ ਵੀ ਚੰਗਾ ਕਮਾਦ ਜਿਹੜਾ 4-5 ਲੱਖ ਤੋਂ ਉੱਤੇ ਨਹੀਂ ਜਾ ਰਿਹਾ, ਉਹਦੇ ਖਰਚੇ ਕੱਢ ਕੇ ਲੈ ਆਓ, ਜ਼ਿਮੀਂਦਾਰ ਨੂੰ 2-2.5 ਲੱਖ ਰੁਪਏ ਬਚਦਾ ਪਿਆ, ਇਹਦੇ ਵਿੱਚੋਂ ਅਸੀਂ 20-25-30 ਲੱਖ ਰੁਪਏ ਕਮਾ ਲੈਂਦੇ ਹਾਂ। ਅਸੀਂ ਇਸ ਵਾਸਤੇ ਦੂਜੇ ਕੰਮ ਜਿਹੜੇ ਜ਼ਿਮੀਂਦਾਰ ਆ ਬਹੁਤ ਪਿੱਛੇ ਕਰ ਦਿੱਤਾ, ਅਸੀਂ ਟਨਲ ਫਾਰਮ 'ਤੇ ਆ ਗਏ। ਸਾਡਾ ਮੇਰਾ ਇਸ ਟਾਈਮ 8.5 ਕਿੱਲੇ ਟਨਲ ਫਾਰਮ ਆ, ਉਸ ਤੋਂ ਬਾਅਦ ਮੈਂ ਬੈਂਗਣ ਲਾਉਂਦਾ ਵਾਂ, ਭਿੰਡੀ ਲਾਉਂਦਾ, ਜ਼ਿਆਦਾ ਮੈਂ ਸਬਜ਼ੀ ਦੇ 15-16 ਕਿੱਲੇ ਲਾਉਂਦਾ ਜੀ, ਉਹ ਜ਼ਿਆਦਾ ਅਸੀਂ ਕਰਦੇ ਹਾਂ ਸਬਜ਼ੀ ਜੀ। ਬਹੁਤ ਮਿਹਰਬਾਨੀ, ਬਹੁਤ ਸ਼ੁਕਰੀਆ। ਲਓ ਜੀ ਦੋਸਤੋ, ਆਪਨੇ ਅੱਜ ਦੇਖਿਆ ਹੈ ਕਿ ਇੱਕ ਐਸਾ ਫਾਰਮਰ ਜਿਸਨੇ ਆਪਣੇ ਪੂਰੇ ਰਕਬੇ ਕੇ ਉੱਪਰ ਟਨਲ ਲਗਾਇਆ ਹੋਇਆ ਹੈ, ਟਨਲ ਫਾਰਮਿੰਗ ਕੇ ਅੰਦਰ ਸਿਰਫ਼ ਔਰ ਸਿਰਫ ਸਬਜ਼ੀਆਂ ਕਾਸ਼ ਕਰ ਰਿਹਾ ਹੈ, ਔਰ ਸਬਜ਼ੀਆਂ ਇਸ ਤਰੀਕੇ ਸੇ ਕਾਸ਼ ਕਰ ਰਿਹਾ ਹੈ ਕਿ ਪਰ ਏਕੜ ਵੋ 25-30 ਲੱਖ ਰੁਪਇਆ ਆਸਾਨੀ ਸੇ ਬਣਾ ਰਿਹਾ ਹੈ। ਜਬ ਮੈਨੇ ਇਹ ਸਾਰਾ ਸੈਟਅਪ ਦੇਖਾ ਤੋ ਮੈਨੇ ਜ਼ਰੂਰੀ ਸਮਝਾ ਕਿ ਕਿਉਂ ਨਾ ਮੈਂ ਆਪਣੇ ਦੋਸਤੋਂ ਕੇ ਸਾਥ ਸ਼ੇਅਰ ਕਰੂੰ ਤਾਂ ਕਿ ਵੋ ਵੀ ਇਸ ਤਰੀਕੇ ਕੇ ਮੁਤਾਬਿਕ ਫਾਰਮਿੰਗ ਕਰਕੇ ਜ਼ਿਆਦਾ ਸੇ ਜ਼ਿਆਦਾ ਪ੍ਰੋਫਿਟ ਹਾਸਿਲ ਕਰ ਸਕੇ।